ਹਾਂਜੀ ਸਵਾਗਤ ਹੈ ਤੁਹਾਨੂੰ ਸਾਰਿਆਂ ਦਾ ਆਪਣੇ YouTube ਚੈਨਲ ਤੇ ਅੱਜ ਆਪਾਂਰਾ ਜੇ ਸਕੂਲ ਮੈਗਜ਼ੀਨ ਜਿਹੜਾ SLP ਦਾ ਸੈਕਸ਼ਨ B ਦਾ ਫਰਸਟ ਪਾਰਟ ਆ ਸਕੂਲ ਮੈਗਜ਼ੀਨ ਨੂੰ ਡਿਸਕਸ ਕਰਾਂਗੇ ਇਸ ਵੀਡੀਓ ਦੇ ਵਿੱਚ ਉਹਦਾ ਲੇਆਉਟ ਕੀ ਆ ਉਹਦਾ ਸਿਗਨੀਫਿਕੈਂਸ ਕੀ ਆ ਹਨਾ ਕਨਸੈਪਟ ਵਗੈਰਾ ਜਿਹੜਾ ਵੀ ਤੁਹਾਡੇ ਪੇਪਰ ਦੇ ਵਿੱਚ ਆਗਾ ਇੰਪੋਰਟੈਂਟ ਕੁਐਸਚਨ ਹੈ ਦੋਨੋਂ ਸਕੂਲ ਮੈਗਜ਼ੀਨ ਤੇ ਬਾਲ ਮੈਗਜ਼ੀਨ ਇਹਨਾਂ ਚੋਂ ਤੁਹਾਨੂੰ ਇੱਕ ਤਾਂ ਜ਼ਰੂਰ ਫਾਈਨਲ ਪੇਪਰ ਦੇ ਵਿੱਚ ਮਤਲਬ ਲੌਂਗ ਕੁਐਸਚਨ 10 ਨੰਬਰਾਂ ਦਾ ਮਿਲੀ ਜਾਊਗਾ ਜ਼ਿਆਦਾ ਚਾਂਸਸ ਵੈਸੇ ਸਕੂਲ ਮੈਗਜ਼ੀਨ ਦੇ ਹੁੰਦੇ ਆਗੇ ਮੈਗਜ਼ੀਨ ਵਰਡ ਅਪਲਾਈ ਕਰੇ ਵੀਕ ਵਰਡ ਮੈਗਜ਼ੀਨ ਤੋਂ ਲਿਆ ਗਿਆ ਸੀ ਜਿਹਦਾ ਮਤਲਬ ਹੁੰਦਾ ਹੈ ਸਟੋਰ ਹਾਊਸ ਇੱਥੇ ਤੁਸੀਂ ਕਲੈਕਸ਼ਨ ਆਫ ਫੈਕਟ ਐਂਡ ਫਿਕਸ਼ਨਸ ਠੀਕ ਹੈ ਜਿੱਥੇ ਤੁਸੀਂ ਦੋਨਾਂ ਚੀਜ਼ਾਂ ਦੀ ਮਤਲਬ ਫੈਕਟ ਵੀ ਹੋਣਗੇ ਤੇ ਕੁਝ ਫਿਕਸ਼ਨਸ ਵੀ ਹੋਣਗੇ ਦੋਨਾਂ ਚੀਜ਼ਾਂ ਦੀ ਕਲੈਕਸ਼ਨ ਹੋਊਗੀ ਮੈਗਜ਼ੀਨ ਦੇ ਵਿੱਚ ਇਟ ਇਜ਼ ਅ ਪੀਰੀਆਡਿਕਲ ਪਬਲਿਕੇਸ਼ਨ ਪੀਰੀਆਡਿਕਲ ਪਬਲਿਕੇਸ਼ਨ ਦਾ ਮਤਲਬ ਆਫਟਰ ਸਰਟਨ ਪੀਰੀਅਡ ਅਨੈਟਮੀ ਸਾਲ ਬਾਅਦ 6 ਮਹੀਨੇ ਬਾਅਦ ਇਹ ਦੁਆਰੇ ਪਬਲਿਸ਼ ਹੁੰਦੀ ਹੈਗੀ ਕੰਟੇਨਿੰਗ ਆਰਟੀਕਲਸ ਬਾਏ ਵੇਰੀਅਸ ਰਾਈਟਰਸ ਐਂਡ ਕੰਸਿਸਟਿੰਗ ਆਫ ਕ੍ਰਿਟੀਕਲ ਐਂਡ ਡਿਸਕ੍ਰਿਪਟਿਵ ਆਰਟੀਕਲ ਐਸੇਸ ਐਕਸਪੋਰਟ ਇੰਗਲਿਸ਼ ਡਿਕਸ਼ਨਰੀ ਦੀ ਡਿਫੀਨੇਸ਼ਨ ਹੈ ਕਿ ਇੱਕ ਪੀਰੀਆਡਿਕਲ ਪਬਲਿਕੇਸ਼ਨ ਹੁੰਦੀ ਹੈ ਜਿਹਦੇ ਵਿੱਚ ਬਹੁਤ ਸਾਰੇ ਆਰਟੀਕਲਸ ਹੁੰਦੇ ਨੇ ਹੈਗੇ ਕ੍ਰਿਟੀਕਲ ਵੀ ਹੋ ਸਕਦਾ ਹੈ ਡਿਸਕ੍ਰਿਪਟਿਵ ਵੀ ਹੋ ਸਕਦਾ ਹੈ ਡਿਸਕ੍ਰਿਪਟਿਵ ਆਪਾਂ ਟਾਈਪ ਪੜ੍ਹੀਆ ਹਨ ਐਸੇਸ ਵੀ ਹੋ ਸਕਦੇ ਆ ਅਲੱਗ-ਅਲੱਗ ਰਾਈਟਰਸ ਦੇ ਠੀਕ ਹੈ ਦੋ ਤਰ੍ਹਾਂ ਦੀ ਬੀਸਿਕਲੀ magazines ਆ ਜਾਂਦੀਆਂ ਜਰਨਲ ਇੰਟਰਸਟ magazines ਤੇ ਸਪੈਸ਼ਲ ਇੰਟਰਸਟ magazines ਜਰਨਲ ਇੰਟਰਸਟ magazines ਆ ਸਿੰਪਲ ਜਿਹਨੇ ਜਿਹੜੀ ਨਾਰਮਲ ਜਿਹੜੀ ਹਰ ਕਿਸੇ ਨੂੰ ਪਸੰਦ ਹੋਣਗੀ ਪੜ੍ਹਨੀ ਆ ਸਪੈਸ਼ਲ ਦੇ ਵਿੱਚ ਜਿਹੜੇ ਸਪੈਸ਼ਲ ਜਿਵੇਂ sports magazine ਜਿਹੜੇ sports ਦੇ ਪਰਸਨ ਉਹਨਾਂ ਕੇ ਜ਼ਿਆਦਾ ਹੀ ਪੜ੍ਹਨੀ ਪਸੰਦ ਕਰਨਗੇ এনवायरमेंटਲ magazine ਹੋਗੀ ਹਨਾ ਚਿਲड्रन magazine ਹੋਗੀ ਐਂਟਰਟੇਨਮੈਂਟ magazine ਹੋਗੀ ਹਾਂ ਊਮਨਸ magazine ਹੋਗੇ ਇਹ ਸਾਰੀਆਂ ਅਲੱਗ-ਅਲੱਗ ਟੌਪਿਕਸ ਦੇ ਜਿਹੜੇ ਕਿਸੇ ਪਾਰਟਿਕੂਲਰ ਟੌਪਿਕ ਨੂੰ ਡੈਡੀਕੇਟਡ ਹੋਣ ਠੀਕ ਹੈ ਸਿਮਿਲਰਲੀ ਸਕੂਲ ਮੈਗਜ਼ੀਨ ਇਜ਼ ਆਲਸੋ ਵਨ ਆਫ ਦਾ ਟਾਈਪ ਆਫ ਮੈਗਜ਼ੀਨ ਜਿਹੜੀ ਕਿ ਆਪਾਂ ਸਪੈਸ਼ਲ ਕਹਿ ਸਕਦੇ ਹਾਂ ਕਿ ਜਿਹਦੇ ਚ ਫੋਕਸ ਕੀ ਹੋਊਗਾ ਸਕੂਲ ਹੋਊਗਾ ਮੇਨ ਫੋਕਸ ਸਕੂਲ ਨੂੰ ਹੀ ਬ੍ਰਾਂਡਿੰਗ ਕਰਨੀ ਸਕੂਲ ਨੂੰ ਮਤਲਬ ਆਪਾਂ ਕਹਿ ਸਕਦੇ ਦਿਖਾਉਣਾ ਸਕੂਲ ਦੇ ਸਟਾਫ ਨੂੰ ਬੱਚਿਆਂ ਨੂੰ ਹਨਾ it is a type of magazine which have staff and students of the school as a target audience and who also contribute its public preparation matlab padhana bhi basically ohna ni hunda japp bachcha de parents ta keh sak dange te banawni bhi ohna ni hundi hai ki target audience bhi hoye hunde na ki todi preparation ch help bhi ਬੱਚੇ ਤੇ টিਚਰਸ ਹੀ ਕਰਦੇ ਨੇਗੀ ਠੀਕ ਹੈ ਇਹ ਹਿਸਟੋਰੀਕਲ ਡਾਕੂਮੈਂਟ ਹੁੰਦਾ ਫਾਰ ਦਾ ਗਰੋਥ ਆਫ ਦਾ ਸਕੂਲ ਹਰ ਇੱਕ ਦੇਖੋ ਹਰ ਇੱਕ ਸਾਲ ਪਬਲਿਸ਼ ਹੁੰਦੀ ਹੈ ਸਕੂਲ ਦੀ ਮੈਗਜ਼ੀਨ 2018 2019 ਬੁਈ ਕਿ ਆਪਾਂ ਮੈਂ ਕਿਹਾ ਤਾਂ ਮੈਗਜ਼ੀਨ ਚ ਤੋਂ ਇਹ ਕਿ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਸਕੂਲ ਨੇ ਕੀ ਕੀ ਗਰੋਥ ਕੀਤੀ ਹੈ 18 ਚ ਕੀ ਕੀ ਐਕਟੀਵਿਟੀਜ਼ ਕਰਾਈਆਂ ਕੀ ਕੀ ਉਹਨਾਂ ਦੀਆਂ ਪ੍ਰਾਪਤੀਆਂ ਸੀ 19 ਚ ਕੀ ਕੀ ਕਰਾਇਆ ਕੀ ਕੀ ਪ੍ਰਾਪਤੀਆਂ ਸੀ ਉਹ ਸਾਰੀਆਂ ਚੀਜ਼ਾਂ ਮੈਗਜ਼ੀਨ ਚ ਮੈਂਸ਼ਨ ਹੁੰਦੀਆਂ ਨੇ ਠੀਕ ਹੈ ਇੱਕ ਐਨੂਅਲ ਪਬਲਿਕੇਸ਼ਨ ਹੁੰਦੀ ਹੈ ਬੇਸਿਕਲੀ ਇਟ ਸ਼ੋਜ਼ ਸਕੂਲਸ ਟੈਲੈਂਟ ਅਚੀਵਮੈਂਟਸ ਇਨ ਦਾ ਇਫੈਕਟਿਵ ਕಾಗ್ਨੀਟਿਵ ਹਰ ਇੱਕ ਡੋਮੇਨ ਦੇ ਵਿੱਚ ਚਾਹੇ ਇਫੈਕਟਿਵ ਡੋਮੇਨ ਹੋਗੇ ਜਿੱਦੇ ਇਦਾਂ ਦੀ ਐਕਟੀਵਿਟੀਆਂ ਕਰਾਈਆਂ ਜਾਂਦੇ ਜਿੱਥੇ ਬੱਚਾਂ ਦੀ ਇਮੋਸ਼ਨਸ ਨੂੰ ਸ਼ੋ ਕੀਤਾ ਗਿਆ ਕಾಗ್ਨੀਟਿਵ ਜਿਹੜੇ ਤੁਹਾਡੇ ਰਿਜ਼ਲਟਸ ਆ ਗਿਆ ਅਕੈਡਮਿਕਸ ਆ ਗਿਆ ਹਨ ਸੋਸ਼ਲ ਜੇ ਕੋਈ ਰੈਲੀਜ਼ ਵਗੈਰਾ ਕਰਾਈਆਂ ਗਈਆਂ ਨਾ 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 ਦੀ ਸੋਸ਼ਲ ਡਿਵੈਲਪਮੈਂਟ ਹੋ ਰਿਹਾ ਸਾਰੇ ਡੋਮੇਨਸ ਕਵਰ ਕਰ ਦਈਏਗੀ ਠੀਕ ਹੈ ਇਹਦੇ ਵਿੱਚ ਦੋਨੋਂ ਦੀ ਰਾਈਟਿੰਗਸ ਹੁੰਦੀਆਂ ਟੀਚਰਸ ਤੇ ਆ ਵੀ ਤੇ ਸਟੂਡੈਂਟਸ ਤੇ ਆ ਵੀ ਠੀਕ ਹੈ ਪਬਲਿਕੇਸ਼ਨ ਐਂਡ ਆਰਗੇਨਾਈਜੇਸ਼ਨ ਕਹਿੰਦੇ ਹਰ ਇੱਕ ਬੀਗ ਸਕੂਲ ਦੀ ਆਪਦੀ ਮੈਗਜ਼ੀਨ ਹੁੰਦੀ ਹੈਗੀ ਤੇ ਉਹ ਟੀਚਰ ਤੇ ਬੱਚਿਆਂ ਦੁਆਰਾ ਬਣਾਈ ਜਾਂਦੀ ਹੈਗੀ ਹੁਣ ਡਿਫਰੈਂਸ ਕੀ ਹੁੰਦਾ ਸਕੂਲ ਮੈਗਜ਼ੀਨ ਤੇ ਅਦਰ ਮੈਗਜ਼ੀਨ ਦੇ ਵਿੱਚ ਮੰਥਲੀ ਮੈਗਜ਼ੀਨ ਹੁੰਦੀ ਹੈ ਠੀਕ ਹੈ ਫਾਰਮਰ ਇਨ ਪਰਟੀਕੂਲਰ ਫਾਰ ਸਕੂਲ ਸਟੂਡੈਂਟਸ ਐਂਡ ਟੀਚਰਸ ਇਟ ਇ ਸਕੂਲ ਮੈਗਜ਼ੀਨ ਹੋਊਗੀ ਸਿਰਫ ਸਕੂਲ ਸਟੂਡੈਂਟਸ ਤੇ ਟੀਚਰਸ ਦੇ ਲਈ ਹੀ ਹੁੰਦੀ ਹੈਗੀ ਠੀਕ ਹੈ ਹੁਣ ਉਹਨੂੰ ਪਬਲਿਸ਼ ਕਿਵੇਂ ਕਰਨਾ ਸਕੂਲ ਮੈਗਜ਼ੀਨ ਉਹਦੇ ਲਈ ਇੱਕ ਕਮੇਟੀ ਬਣਾਈ ਜਾਂਦੀ ਹੈ ਪਹਿਲੀ ਗੱਲ ਤਾਂ ਉਹਦਾ ਹੈੱਡ ਕੌਣ ਹੋਊਗਾ ਸਕੂਲ ਦਾ ਜਿਹੜਾ ਆਪਾਂ ਕਹਿ ਸਕਦੇ ਆ ਪ੍ਰੈਜ਼ੀਡੈਂਟ ਹੋ ਗਿਆ ਜਾਂ ਪ੍ਰਿੰਸੀਪਲ ਹੋ ਗਿਆ ਠੀਕ ਹੈ ਫਿਰ ਸੀਨੀਅਰ ਟੀਚਰ ਜਿਹੜੇ ਹੁੰਦੇ ਆ ਉਹ ਐਡੀਟਰ ਹੋਣਗੇ ਕੁਝ ਕੁ ਸਟੂਡੈਂਟਸ ਜਿਹੜਾ ਕੀ ਆ ਉਹ ਕਲੈਕਟ ਕਰਨਗੇ ਰਾਈਟਿੰਗਸ ਵਗੈਰਾ ਸਟੂਡੈਂਟਸ ਦੇ ਵਿੱਚੋਂ ਹਨਾ ਬੈਸਟ ਆਰਟੀਕਲ ਫਿਰ ਉਹਦੇ ਵਿੱਚੋਂ ਸਿਲੇਕਟ ਕੀਤੇ ਜਾਂਦੇ ਨੇ ਜਿਹੜੇ ਪ੍ਰੈਸ ਨੂੰ ਭੇਜੇ ਜਾਂਦੇ ਆ ਪਬਲੀਕੇਸ਼ਨ ਦੇ ਲਈ ਇੱਕ ਪਬਲੀਕੇਸ਼ਨ ਦੀ ਕਮੇਟੀ ਵੀ ਹੋਊਗੀ ਜਿੱਥੇ ਜਿਹੜੀ ਆਥਰਸ ਪ੍ਰੋਵਾਈਡ ਕਰੋਗੀ ਫੀਸ ਪ੍ਰੋਵਾਈਡ ਕਰੋਗੀ ਪਬਲੀਕੇਸ਼ਨ ਨੂੰ ਠੀਕ ਹੈ ਇਹ ਸਾਰੇ ਮਤਲਬ ਪ੍ਰੋਸੈਸ ਹੈ ਇੱਕ ਸਿੰਪਲ ਜਿਹਾ ਕਿ ਸਕੂਲ ਮੈਗਜ਼ੀਨ ਪਬਲਿਸ਼ ਕਿਵੇਂ ਹੁੰਦੀ ਹੈ ਠੀਕ ਹੈ ਜੇ ਆਪਾਂ ਇਹਨੂੰ ਸਿੰਪਲ ਜੀ ਕਹ ਲਈਏ ਇਟ ਇਜ਼ ਦਾ ਮਿਰਰ ਆਫ ਸਕੂਲ ਸਕੂਲ ਦਾ ਸ਼ੀਸ਼ਾ ਹੈ ਸਕੂਲ ਜੇ ਕਿਸੇ ਸਕੂਲ ਨੂੰ ਤੁਸੀਂ ਦੇਖਣਾ ਨਾ ਵੀ ਕਿਹੜਾ ਸਕੂਲ ਵਧੀਆ ਤੁਸੀਂ ਆਪਾਂ ਜਾਣੇ ਆਂਗੇ ਉਹ ਆਪਾਂ ਇੱਕ ਪ੍ਰੋਸਪੈਕਟ ਕਹਿੰਦੇ ਆ ਪ੍ਰੋਸਪੈਕਟਸ ਦੇ ਵਿੱਚ ਮੈਗਜ਼ੀਨ ਦੇ ਕੁਝ ਕੁ ਗੱਲਾਂ ਹੁੰਦੀਆਂ ਨੇਗੇ ਸਾਰੀਆਂ ਨਹੀਂ ਹੁੰਦੀਆਂ ਬਟ ਉੱਥੋਂ ਆਪਾਂ ਜਜ ਕਰ ਲੈਨੇ ਕਿ ਸਕੂਲ ਕਿਦਾਂ ਦਾ ਤੇ ਜੇ ਤੁਹਾਨੂੰ ਕਿ ਮੈਗਜ਼ੀਨ ਮਿਲੂਗੀ ਉਹਦੇ ਚ ਤਾਂ ਹਰ ਇੱਕ ਚੀਜ਼ ਹੋਊਗੀ ਸਕੂਲ ਬਾਰੇ ਹਰ ਇੱਕ ਚੀਜ਼ ਜੋੜੀ ਵੀ ਉਹਨਾਂ ਨੇ ਐਨੂਅਲ ਦੇ ਵਿੱਚ ਕੀਤੀ ਹੋਊਗੀ ਠੀਕ ਹੈ ਅਬਜੈਕਟਿਵਸ ਕੀ ਨੇ ਉਹਨੂੰ ਸਕੂਲ ਮੈਗਜ਼ੀਨ ਦੇ ਪਹਿਲਾ ਤਾਂ ਇੰਗੇਜਿੰਗ ਜੰਗਲਰ ਨੱਟਸ ਜਿਹੜੇ ਵੀ ਉੱਥੇ ਆਪਣੇ ਕੋਲ ਬੱਚੇ ਪੜ੍ਹ ਰਹੇ ਨੇ ਉਹਨਾਂ ਨੂੰ ਆਪ ਐਂਗੇਜ ਕਰਨਾ ਆਰਟੀਕਲ ਰਾਈਟਿੰਗ ਸਿਖਾਣੀ ਆ ਬਾਇਓਗ੍ਰਾਫੀਕਲ ਰਾਈਟਿੰਗ ਸਿਖਾਣੀ ਆ ਨਾ ਸਿਮਿਲਰਲੀ ਆਪਨੂੰ ਸਕੂਲ ਮੈਗਜ਼ੀਨ ਦੇ ਵਿੱਚ ਉਹਨਾਂ ਆਪ ਆਰਟੀਕਲਸ ਲਵਾਂਗੇ ਕਿਸੀ ਤੁਸੀਂ ਛੋਟੇ-ਬੋਟੇ ਬਾਇਓਗ੍ਰਾਫੀ ਮੈਂ ਕਿਹਾ ਸੀ ਇੱਕ ਪੇਜ ਦੇ ਵੀ ਹੋ ਸਕਦੇ ਉਹ ਵੀ ਲਿਖਵਾ ਦੇਣਗੇ ਹਨਾ ਆਰਟੀਕਲ ਵੀ ਲਿਖ ਸਕਦੇ ਐਕਸਪੋਜ਼ਿਟਰੀ ਰਾਈਟਿੰਗ ਵੀ ਲਿਖਵਾ ਦੇਣੇ ਤਾਂ ਉਹਨਾਂ ਦੇ ਟੈਲੈਂਟ ਨੂੰ ਫਲਰਿਸ਼ ਕਰਨ ਦੇ ਲਈ ਉਹਨਾਂ ਦੀ ਕ੍ਰੀ to help children to understand how knowledge relates real world outside class bachchano ye samjhana ki kala kitabi gyan nahi hunda thonu hor bhi extra karna puga je tussi dekho kinni proud wali gall hogi jadon kise bachche da article school magazine ch publish hunda to oh ghar e ja ke vi dikhaauga magazine de vich ki mummy mera naam likhya hoya hai thalle ha na parents layi vi oh proud wali gall hogi bachche da confidence level kinna aayug right ਟੂ ਇਨਫੋਰਮ ਪੇਰੈਂਟਸ ਔਨ ਦਾ ਇਵੈਂਟਸ ਬੱਚੇ ਪੇਰੈਂਟਸ ਨੂੰ ਵੀ ਪਤਾ ਲੱਗਦਾ ਰਹਿੰਦਾ ਹੈ ਕਿ ਇਵੈਂਟਸ ਬਾਰੇ ਟੂ ਪ੍ਰੋਵਾਈਡ ਓਪਰਚੁਨਿਟੀ ਸਟੂਡੈਂਟਸ ਫॉर ਸੈਲਫ ਐਕਸਪ੍ਰੈਸ਼ਨ ਤੇ ਸਕੂਲ ਮੈਗਜ਼ੀਨ ਦੇ ਵਿੱਚ ਨਾ ਕੁਝ ਕਾਲਜ ਮੈਗਜ਼ੀਨ ਦੇ ਵਿੱਚ ਕਈ ਵਾਰੀ ਏਡੀ ਸੋਹਣੇ ਆਰਟੀਕਲਸ ਪੋਇਮਸ ਲਿਖੇ ਹੁੰਦੇ ਆ ਬੱਚਿਆਂ ਨੇ ਸੈਲਫ ਐਕਸਪ੍ਰੈਸ਼ਨ ਦੇ ਲਈ ਉਹਨਾਂ ਨੇ ਖੁਦ ਦੀਆਂ ਫੀਲਿੰਗਸ ਨੂੰ ਥੌਟਸ ਨੂੰ ਇੰਨਾ ਵਧੀਆ ਪ੍ਰੈਜ਼ੈਂਟ ਕੀਤਾ ਹੁੰਦਾ ਹੈ ਠੀਕ ਹੈ ਟੂ ਡਿਵੈਲਪ ਸਟੱਡੀ ਹੈਬਿਟਸ ਸਟੱਡੀ ਹੈਬਿਟਸ ਆਬਵੀਅਸਲੀ ਲਿਖਣ ਦੇ ਲਈ ਬੱਚੇ ਪੜਨਗੇ ਵੀ ਤਾਂ ਸਹੀ ਪਹਿਲਾ ਹਨਾ ਟੂ ਪ੍ਰੋਵਾਈਡ ਟ੍ਰੇਨਿੰਗਸ ਟੂ ਸਟੂਡੈਂਟਸ ਫॉर ਬੈਟਰ ਯੂਜ਼ ਆਫ ਲੇਜ਼ਰ ਟਾਈਮ ਜੀ ਆਫ ਦਿ ਵੈਲੇ ਟਾਈਮ ਨੂੰ ਕਿਵੇਂ ਸਹੀ ਤਰੀਕੇ ਨਾਲ ਵਰਤ ਸਕਦੇ ਉਹਨਾਂ ਨੂੰ ਇਦਾਂ ਦਾ ਮੌਕਾ ਪ੍ਰੋਵਾਈਡ ਕਰਦੀ ਹੈ ਸਕੂਲ ਮੈਗਜ਼ੀਨ to improve communication between people teacher and parents تینਾਂ ਦੇ ਵਿੱਚ ਇੱਕ ਵਧੀਆ ਕਨੈਕਟ ਹੈ ਬੱਚਿਆਂ ਦੇ ਵਿੱਚ ਟੀਚਰਸ ਦੇ ਵਿੱਚ ਤੇ ਪੇਰੈਂਟਸ ਦੇ ਵਿੱਚ ਬੱਚਿਆਂ ਦੇ ਸਕਿਲਸ ਇੰਪਰੂਵ ਕਰਦੀ ਹੈ ਰਾਈਟਿੰਗ ਸਕਿਲ ਇੰਟੈਲੈਕਚੁਅਲ ਸਕਿਲਸ ਬੱਚੇ ਦਾ ਲਿਟਰੇਚਰਸ ਇੰਟਰਸਟ ਪੈਦਾ ਹੁੰਦਾ ਪੋਇਟਰੀ ਵਗੈਰਾ ਦੇ ਵਿੱਚ ਹਨਾ ਬੱਚੇ ਨੂੰ ਸੈਂਸ ਆਫ ਲੌਇਲਟੀ ਆਉਂਦੀ ਹੈ ਇਸ ਇੰਸਟੀਟਿਊਸ਼ਨ ਦੇ ਪ੍ਰਤੀ ਉਹਨੂੰ ਪ੍ਰਾਊਡ ਫੀਲ ਹੁੰਦਾ ਉਹਨੂੰ ਲੱਗਦਾ ਵੀ ਇਸ ਦਿਸ ਇਜ਼ ਮਾਈ ਸਕੂਲ ਦਿਸ ਇਜ਼ ਮਾਈ ਕਾਲਜ ਠੀਕ ਹੈ ਉਸ ਤੋਂ ਬਾਅਦ ਇਹਦਾ ਸਿਗਨੀਫਿਕੈਂਸ ਸਿਗਨੀਫਿਕੈਂਸ ਬੇਸਿਕਲੀ ਉਹ ਹੀ ਵਗੈਰਾ ਜੀ ਉਹਦੀ ਇੰਪੋਰਟੈਂਸ ਹੈ ਨਾ ਜੇ ਆਪਾਂ ਸਿੰਪਲ ਜੀ ਗੱਲ ਕਰੀਏ ਸਿਗਨੀਫਿਕੈਂਸ ਦੇ ਵਿੱਚ ਪਹਿਲਾਂ ਤਾਂ ਆ ਗਿਆ ਰਿਫਲੈਕਸ਼ਨ ਆਫ ਦਾ ਇਮੇਜ ਆਫ ਐਜੂਕੇਸ਼ਨਲ ਇੰਸਟੀਟਿਊਸ਼ਨ ਕੋਈ ਚਾਹੇ ਸਕੂਲ ਹੈ ਚਾਹੇ ਕਾਲਜ ਉਹਦੀ ਇਮੇਜ ਉਹਦੀ ਸਕੂਲ ਮੈਗਜ਼ੀਨ ਤੋਂ ਪਤਾ ਲੱਗ ਜੂ ਉਥੋਂ ਰਿਫਲੈਕਟ ਕਰ ਜੂ ਠੀਕ ਹੈ ਇਨਕਰੀਸਮੈਂਟ ਫੂ ਕ੍ਰੀਏਟੀਵਿਟੀ ਆਪਾਂ ਪੜ ਲਿਆ ਬੱਚਿਓਸ ਕ੍ਰੀਏਟੀਵਿਟੀ ਟਰੂ ਪੋਟੈਂਸ਼ੀਅਲ ਇਨ ਰਾਈਟਿੰਗ ਫਾਈਂਡ ਕਰਨਾ ਕਿ ਕੌਣ ਐਕਚੁਅਲ ਚ ਲਿਖ ਸਕਦੇ ਨੇ ਕਿ ਮੋਟੀਵੇਟ ਕਰਨਾ ਸਟੂਡੈਂਟਸ ਨੂੰ ਸਟੂਡੈਂਟਸ ਨੂੰ ਐਕਸਪੋਜ਼ਰ ਦੇਣਾ ਕਈ ਸਟੂਡੈਂਟਸ ਹੁੰਦੇ ਨੇ ਕਿ ਜਿਹੜੇ ਉਹ ਕਲਾਸ ਦੇ ਵਿੱਚ ਨਹੀਂ ਬੋਲਦੇ ਉਹਨਾਂ ਵਧੀਆ ਨਹੀਂ ਐਕਸਪ੍ਰੈਸ ਕਰਦੇ ਬਟ ਜਦੋਂ ਉਹਨਾਂ ਨੂੰ ਲਿਖਣ ਦਾ ਮੌਕਾ ਦਿੱਤਾ ਜਾਂਦਾ ਤਾਂ ਬਹੁਤ ਵਧੀਆ ਲਿਖ ਦਿੰਦੇ ਨੇ ਠੀਕ ਹੈ ਇੰਪਰੂਵਮੈਂਟ ਇਨ ਲੈਂਗੁਏਜ ਐਕਸਪ੍ਰੈਸ਼ਨ ਲੈਂਗੁਏਜ ਐਕਸਪ੍ਰੈਸ਼ਨ ਦੇ ਵਿੱਚ ਇੰਪਰੂਵ ਕਰਨਾ ਇੰਪਰੂਵਮੈਂਟ ਆਫ ਸਕਿਲਸ ਸਕਿਲਸ ਨੂੰ ਇੰਪਰੂਵ ਕਰਨਾ ਸੋਰਸ ਆਫ ਇਨਸਪੀਰੇਸ਼ਨ development of imagination bachche se cha imagination develop karni inspiration develop karni theek hai ਲਿੰਕ ਵੀ ਦੋਲਡ ਸਟੂਡੈਂਟਸ ਉਹਨਾਂ ਨੂੰ ਪੁਰਾਣੇ ਸਟੂਡੈਂਟਸ ਨਾਲ ਆਪਾਂ ਨੂੰ ਜੋੜਦੇ ਆਂ ਜਿੱਥੇ ਹਨਾ ਤੁਸੀਂ ਪੁਰਾਣੀ ਮੈਗਜ਼ੀਨ ਪੜ੍ਹੋਗੇ ਤਾਂ ਉੱਚ ਪੁਰਾਣੇ ਬੱਚਿਆਂ ਦੇ ਵੀ ਆਰਟੀਕਲਸ ਲਿਖੇ ਹੋਣਗੇ ਕਈ ਵਾਰ ਕਿਸੇ ਦਾ ਬਹੁਤ ਵਧੀਆ ਲੱਗਦਾ ਆਪਾਂ ਉਹਦੇ ਨਾਲ ਟੱਚ ਚ ਆ ਜਾਂਦੇ ਆਂ ਹਨਾ ਦੈਟ ਇਜ਼ ਥਿੰਕ ਈਵਨ ਕਿ ਅਲੂਮਨੀ ਆਈ ਵੀ ਆਪਣੀ ਕੀ ਹੁੰਦੀ ਹੈ ਫਿਰ ਸਟਰੋਂਗ ਹੁੰਦੀ ਹੈਗੀ ਉਸ ਤੋਂ ਬਾਅਦ ਆ ਗਿਆ ਇੰਪੋਰਟੈਂਟ ਕੁਐਸਚਨ ਅਨੈਕਸਟ ਲੇਆਉਟ ਆਫ ਸਕੂਲ ਮੈਗਜ਼ੀਨ ਤੁਹਾਨੂੰ ਕੱਲਾ ਲੇਆਉਟ ਤੇ ਵੀ ਲੌਂਗ ਕੁਐਸਚਨ ਆ ਸਕਦਾ ਹੈ ਕਿ ਲੇਆਉਟ ਟੂ ਬੀਸਿਕਲੀ ਹੁੰਦਾ ਬਲੂਪ੍ਰਿੰਟ ਮਾਸਟਰ ਪ ਆਪ ਪੇ ਇਸਤਿਹਾਰ ਚੀਜ਼ ਕਰਨੀ ਆਪ ਪੇ ਇਸਤਿਹਾਰ ਚੀਜ਼ ਕਰਨੀ ਆ ਇਦਾਂ ਠੀਕ ਹੈ ਅਰੇਂਜਮੈਂਟ ਆਫ অর ਪਲਾਨ ਆਫ ਸਮਥਿੰਗ ਥਿਸ ਇਜ਼ ਲੇਆਉਟ ਫੋਰ ਏਗਜ਼ਾਮਪਲ ਜੇ ਮੈਂ ਆਪਣਾ ਘਰ ਬਣਾਉਣਾ ਹੈ ਤਾਂ ਆਪਾਂ ਸਿਟਿੰਗ ਪਲਾਨ ਬਣਾਉਣੀ ਆ ਨਾ ਪਹਿਲਾਂ ਵੀ ਰੂਮ ਚੇਅਰ ਕਿੱਥੇ ਰੱਖਣੀ ਹੈ ਟੀਵੀ ਕਿੱਥੇ ਰੱਖਣਾ ਸਿਮਿਲਰਲੀ ਜਿਹੜਾ ਸਕੂਲ ਮੈਗਜ਼ੀਨ ਹੋਊਗਾ ਉਹਦਾ ਹੋਊਗਾ ਕਿ ਆਰਟੀਕਲ ਕਿੱਥੇ ਛਾਪਣੀਆਂ ਪੋਇਮਸ ਕਿੱਥੇ ਰੱਖਣੀਆਂ ਫੋਟੋਸ ਕਿੱਥੇ ਲਾਣੀਆਂ ਨੇਗੀਆਂ ਸਕੂਲ ਦੀ ਪ੍ਰਮੋਸ਼ਨ ਕਿੱਥੇ ਕਰਨੀ ਹੈ ਐਡਮਿਸ਼ਨਸ ਕਿੱਥੇ ਦਿਖਾਣੀਆਂ ਨੇ ਹਨ ਇਹ ਸਾਰਾ ਲੇਆਉਟ ਆਫ ਸਕੂਲ ਮੈਗ ਕਹਿੰਦੇ ਮੈਗਜ਼ੀਨ ਇੱਕ ਸਿੰਪਲ ਵੀ ਆ ਲੇਆਉਟ ਮੀਨਸ ਹਾਊ ਟੂ ਪੁਟ ਪਿਕਚਰ ਐਂਡ ਵਰਡਸ ਟੁਗੇਦਰ ਟੂ ਅਟਰੈਕਟ ਰੀਡਰ ਕਿ ਆਪਾਂ ਕਿੱਦਾਂ ਰੀਡਰਸ ਨੂੰ ਅਟਰੈਕਟ ਕਰ ਸਕਾਂਗੇ ਜਿਵੇਂ ਇੱਕ ਪੋਇਮ ਲਿਖੀ ਹੋ ਉਹਦੇ ਨਾਲ ਰਿਲੇਟਡ ਸਾਈਡ ਤੇ ਇੱਕ ਫੋਟੋ ਲਾਤੀ ਹੈ ਨਾ ਤਾਂ ਅਟਰੈਕਸ਼ਨ ਹੋਊਗੀ ਵੀ ਕਿਸ ਚੀਜ਼ ਤੇ ਇਸ ਚੀਜ਼ ਤੇ ਪੋਇਮ ਲਿਖੀ ਹੋਈ ਹੈ जनरली स्कूल मैगजीनज आर ऑफ सिंपल लेआउट हमें है का? जो मैं प्लेआउट की डेफिनेशन की गल करिए मेरी एम वेबस्टर डिक्शनरी लेआउट एज अ प्लैन और डिजाइन और अरेजमेंट ऑफ समथिंग लेंड आउट ठीक है हैंडस लेआउट इज़ अ एक्ट ऑफ प्लैनिंग और लेइंग आउट इन अ डिटेल और मतलब कुछ भी प्लैनिंग प्रोपर लिखना लेआउट बना लेना उस चीज़ का प्रोपर प्लैन कर लेना ठीक है दैट इज़ लेआउट हूँ स्कूल मैगजीन दे आउट चार मेन चीज़ा ने कवर पेज फ्रंट ऑफ द बुक फीचर वैल बैक ऑफ द बुक ਆਪਾਂ ਮਨਪਾਈ ਮੰ ਡਿਸਕਸ ਕਰਾਂਗੇ ਕਵਰ ਪੇਜ ਬਾਰੇ ਡਿਸਕਸ ਕਰਦੇ ਆਂ ਦੇ ਫਰਸਟ ਆ ਗਿਆ ਫਰਸਟ ਕਵਰ ਇਜ਼ ਜਿਵੇਂ ਆਪਾਂ ਨੂੰ ਪਹਿਲਾਂ ਪਤਾ ਹੁੰਦਾ ਜਿਹੜਾ ਪਹਿਲਾ ਕਵਰ ਹੈ ਉਹ ਰਿਜ਼ਰਵ ਹੁੰਦਾ ਕਹਿੰਦੇ ਆਫ ਕੌਰਸ ਫॉर द ਕਵਰ ਪੇजेस ਸੈਕੰਡ ਵਨ ਰਿਜ਼ਰਵ ਫॉर ਐਡਵਰਟਾਈਜ਼ਿੰਗ ਜਦੋਂ ਆਪਾਂ ਤੁਸੀਂ ਫਰਸਟ ਦਾ ਉਹਦੇ ਨਾਲ ਹੀ ਪਿਛਲਾ ਪਾਸਾ ਦੇਖਦੇ ਹੋ ਤਾਂ ਉੱਥੇ ਐਡਵਰਟਾਈਜ਼ ਕੀਤਾ ਹੁੰਦਾ ਹੈਗਾ ਠੀਕ ਹੈ ਮੋਸਟਲੀ ਥਰਡ ਵਨ ਪੇਜ ਫॉर अगेन ਫॉर ਐਡਵਰਟਾਈਜ਼ਰਸ ਤੇ ਲਾਸਟ ਕਵਰ ਪੇਜ ਇਜ਼ ਬੈਕ ਟੂ ਦਾ ਮੈਗਜ਼ੀਨ ਇਟ ਇਜ਼ ਆਲਸੋ ਮੋਸਟ ਐਕਸਪੈਂਸਿਵ ਐਡਵਰਟਾਈਜ਼ਰ ਪਰ ਤੁਸੀਂ ਵੀ ਕੋਈ ਵੀ ਮੈਗਜ਼ੀਨ ਦੇਖਿਓਗੇ ਉਹਦੇ ਪਹਿਲੇ ਦੋ ਪੇਜ ਤੇ ਲਾਸਟ ਦੋ ਪੇਜ ਉਹ ਕਵਰ ਪੇਜ ਆ ਜਾਂਦੇ ਉੱਥੇ ਉਹਨਾਂ ਨੇ ਪ੍ਰੋਪਰ ਸਕੂਲ ਦੀਆਂ ਫੋਟੋਆਂ ਲਾਈਆਂ ਹੁੰਦੀਆਂ ਨੇ ਕਿ ਐਫੀਲੀਏਸ਼ਨ ਲਿਖੀ ਹੁੰਦੀ ਆ ਕਿ ਟਾਰਗੇਟਸ ਲਿਖੇ ਹੁੰਦੇ ਨੇ ਕਿ ਵਧੀਆ-ਵਧੀਆ ਅਟਰੈਕਟਿਵ ਫੋਟੋਆਂ ਲਾਈਆਂ ਹੁੰਦੀਆਂ ਨੇ ਜਿਹੜੇ ਉਹਨਾਂ ਦੇ ਸਕੂਲ ਦੇ ਮੇਨ ਸਟਰੋਂਗ ਪੁਆਇੰਟ ਹੁੰਦੇ ਆ ਕਿ ਹਨਾ 댓 ਇਜ਼ ਕਵਰ ਪੇजेस ਉਹਦੇ ਵਿੱਚ ਵੀ ਦੇਖੋ ਆਹੀ ਆਗੇ ਫਰੰਟ ਬੈਕ ਸਾਈਡ ਲਾਸਟ ਬੈਕ ਸਾਈਡ ਤੇ ਲਾਸਟ फ्रंट बैक ਤੇ ਲਾਸਟ ਬੈਕ ਮੈਂ ਉਹੀ ਗੱਲ ਕਰ ਰਹੀ ਹਾਂ ਜੇ ਤੁਸੀਂ ਇੱਕ ਕਾਪੀ ਖੋਲੋਗੇ ਤਾਂ ਉਹਦੇ ਪਹਿਲੇ ਪਹਿਲਾ ਪੇਜ ਉਹਦੇ ਨਾਲ ਵਾਲਾ ਦੂਜਾ ਜਮ ਐਂਡ ਤੇ ਤੀਜਾ ਤੇ ਉਸ ਤੋਂ ਬਾਅਦ ਆ ਜਿਹੜਾ ਉਹਦੇ ਪਿਛਲੇ ਸਾਈਡ ਉਹ ਚੌਥਾ ਪੇਜ ਹੋ ਗਿਆ ਠੀਕ ਹੈ ਫਰੰਟ ਆਫ ਦਾ ਬੁੱਕਸ ਕੀ ਆ ਗਿਆ ਬੁੱਕ ਮੀਨਸ ਮੈਗਜ਼ੀਨ ਵਿਦਾਊਟ ਫੋਰ ਪੇजेस ਆਫ ਦਾ ਕਵਰ ਹੁਣ ਉਹ ਚਾਰਾਂ ਨੂੰ ਕੱਢ ਦਿਓ ਉਹਨਾਂ ਤੋਂ ਬਿਨਾਂ ਜਿਹੜੀ ਸੈਂਟਰ ਵਾਲਾ ਪੋਰਸ਼ਨ ਆ ਗਿਆ दैट इज ਫਰੰਟ ਆਫ ਦਾ ਬੁੱਕ ਮੈਗਜ਼ੀਨ ਠੀਕ ਹੈ ਇਦੇ ਚ ਕੀ ਕੀ ਆਊਗਾ ਇਦੇ ਚ ਚਾਰ ਚੀਜ਼ਾਂ ਆਉਣਗੀਆਂ ਟਯੂਸੀ ਆਊਗਾ ਇੰਪ੍ਰਿਜ਼ਮ ਆਊਗਾ ਐਡੀਟਰਸ ਲੈਟਰ ਆਊਗਾ ਅਦਰ ਕੀ ਪੇजेस ਇਨ ਦਾ ਫਰੰਟ ਆਫ ਦਾ ਬੁੱਕ ਟੇਬਲ ਆਫ ਦਾ ਕੰਟੈਂਟ ਪਹਿਲਾ ਵਿਸ਼ਾ ਵਸਤੂ ਦੀ ਚਾਰਣੀ ਜੋ ਇੰਡੈਕਸ ਬਣਿਆ ਹੋਊਗਾ ਠੀਕ ਹੈ ਕਿਤਾਬਾਂ ਦੇ ਅਗਲੇ ਹੋਰ ਮੁੱਖ ਪੰਨੇ ਜਿਵੇਂ ਉਹਦੇ ਵਿੱਚ ਕੀ ਹੋਊਗਾ ਕਹਿੰਦੇ ਫਰਸਟ ਪੇਜ ਹੁੰਦਾ ਹੈ ਹਮੇਸ਼ਾ ਮੈਗਜ਼ੀਨ ਦਾ ਦੇਖੋ ਜਿਹੜੇ ਕਵਰ ਪੇजेस ਨਾਲ ਨੂੰ ਉਹਨਾਂ ਨੂੰ ਆਪਾਂ ਕਵਰ ਜਿਵੇਂ ਵੀ ਤੁਸੀਂ ਸਮਝ ਸਮਝ ਸਕਦੇ ਹੋਗੇ ਤੁਸੀਂ ਕਿ ਮੇਨ ਟੇਬਲ ਆਫ ਕੰਟੈਂਟ ਹੁੰਦਾ ਪਹਿਲਾ ਪੇਜ ਜਿਹੜਾ ਉਹਦਾ ਪਹਿਲੀ ਜਿਲਤ ਹੁੰਦੀ ਆ दैट आर ਕਵਰ ਪੇजेस ਜਿਨ੍ਹਾਂ ਦੇ ਉੱਤੇ ਫੋਟੋਸ ਲਾਈਆਂ ਹੁੰਦੀਆਂ ਨੇ ਠੀਕ ਹੈ ਸਮਝ ਗਏ ਨਾ ਤੇ ਉਸ ਤੋਂ ਬਾਅਦ ਜਿਹੜਾ ਪਹਿਲਾ ਪੇਜ ਆ ਉਹ ਟੇਬਲ ਆਫ ਕੰਟੈਂਟ ਦਾ ਹੋਊਗਾ ਤੇ ਉਹਦੇ ਉੱਤੇ ਤੁਸੀਂ ਲਿਖਿਆ ਹੋਊਗਾ ਵੀ ਕਿੰਨੇ ਪੇजेस ਤੇ ਕਿਹੜੇ ਪੇਜ ਤੇ ਕੀ ਚੀਜ਼ ਲਿਖੀ ਹੋਈ ਹੈਗੀ ਠੀਕ ਹੈ ਐਡ ਪੇजेस आर 온 ਰਾਈਟ ਇਟ ਇਜ਼ ਮੋਰ ਇਨੇਬਲ देम ਟੂਨ ਲੈਫਟ ਇਹ ਕਹਿੰਦੇ ਰਾਈਟ ਪੇਜ ਤੇ ਹੀ ਹੁੰਦੇ ਨੇ ਇਟ ਕੈਨ ਬੀ ਡਿਜ਼ਾਈਨਡ ਵਿਦ অর ਵਿਦਾਊਟ ਇਮੇजेस ਤੋਂ ਬਿਨਾ ਵੀ ਹੋ ਸਕਦੀ ਨੇਗੇ ਫਿਰ ਆਹਿੰਦਾ ਸਕਿੰਡ ਆਹਿੰਦਾ ਇੰਪ੍ਰੀਜ਼ਮ ਇੰਪ੍ਰੀਜ਼ਮ ਕੀ ਹੁੰਦਾ ਜਿੱਥੇ ਇਟ ਇਜ਼ ਯੂਸੂअली ਪਲੇਸਡ ਇਨ ਫਰੰਟ ਆਫ ਦਾ ਬੁੱਕ ਆਲਥੋ ਸਮ magazines ਪਲੇਸਡ ਐਟ ਦਾ ਬੈਕ ਕੰਦੇ ਕਈ ਇਹਨੂੰ ਇਨ ਫਰੰਟ ਵੀ ਰੱਖ ਲੈਂਦੇ ਕਈ ਬੈਕ ਤੇ ਵੀ ਰੱਖ ਲੈਂਦੇ ਇੰਪ੍ਰੀਜ਼ਮ ਚਾਹੁੰਦਾ ਕਿ ਕਿਹੜੇ ਕਿਹੜੇ ਲੋਕਾਂ ਨੇ ਇਹਦੇ ਵਿੱਚ ਕੰਮ ਕੀਤਾ ਕਿਹੜੇ ਕਿਹੜੇ ਲੋਕਾਂ ਦਾ ਯੋਗਦਾਨ ਰਿਹਾ ਠੀਕ ਹੈ ਉਹਦਾ ਸਾਰਾ ਬਾਰੇ ਲਿਸਟ ਆਫ ਪੀਪਲ ਥੈਟ ਵਰਕ ਇਨ ਮੈਗਜ਼ੀਨ ਇੰਪੋਰਟੈਂਟ ਪਾਰਟ ਔਫ ਦਾ ਇੰਪ੍ਰੀਜ਼ਮ ਦਾ ਉਸ ਤੋਂ ਬਾਅਦ ਐਡੀਟਰਸ ਲੈਟਰ ਆ ਗਿਆ ਉਸ ਤੋਂ ਬਾਅਦ ਐਡੀਟਰਸ ਲੈਟਰ ਥਿਸ ਇਜ਼ ਦਾ ਕਹਿੰਦੇ ਫਰਸਟ ਐਡੀਟਰ ਪੇਜ ਆਫ ਮੈਗਜ਼ੀਨ ਜਿਹਦੇ ਵਿੱਚ ਜਿੰਨਾ ਵੀ ਉਹ ਐਡਿਟ ਕੀਤੀ ਹੁੰਦੀ ਹੈ ਚੀਜ਼ ਫਾਂ ਦੇ ਕੁਝ ਥਾਟਸ ਉਹਦਾ ਕੁਝ ਆਈਡੀਆ ਮੈਗਜ਼ੀਨ ਦੇ ਕੀ ਜਿੱਦਾਂ ਲਿਖ ਦਿੰਦੇ ਨੇ ਕਿ ਇਹ ਮੈਗਜ਼ੀਨ ਸ ਤੁਹਾਨੂੰ ਇਹ ਪਤਾ ਲੱਗੂਗਾ ਹਨਾ ਫਰਮ ਪ੍ਰਿੰਸੀਪਲਸ ਡੈਸਕ ਲਿਖਿਆ ਹੁੰਦਾ ਫਰਮ ਐਡੀਟਰਸ ਡੈਸਕ ਵੀ ਹੁੰਦਾ ਹੈ ਠੀਕ ਹੈ ਉਹ ਐਡੀਟਰਸ ਲੈਟਰ ਆ ਗਿਆ ਅਦਰ ਕੀ ਪੇजेस ਦੇ ਵਿੱਚ ਸਾਰੇ ਜਿਹੜੇ ਨਿਊ ਸੈਕਸ਼ਨ ਆਗੇ ਕਲਚਰਲ ਐਕਟੀਵਿਟੀਜ਼ ਆਗੀਆਂ ਸੋਸਾਇਟੀ ਆਗਿਆ ਰਿਵਿਊ ਆਫ ਟਾਪਿਕ ਆਗੇ ਸਾਰੀਆਂ ਚੀਜ਼ਾਂ ਉਹ ਅਦਰ ਕੀ ਪੇजेस ਫਿਰ ਕਹਿੰਦਾ ਫੀਚਰ ਵੈਲ ਫੀਚਰ ਵੈਲ ਕਹਿੰਦੇ ਲਾਰਜੈਸਟ ਪਾਰਟ ਹੁੰਦਾ ਮੈਗਜ਼ੀਨ ਦਾ ਉਹਦੇ ਵਿੱਚ ਮੇਨ ਫੀਚਰਸ ਆਉਂਦੇ ਹੋ ਸ਼ਾਰਟ ਵੀ ਹੋ ਸਕਦਾ ਹੈ ਫਿਊ ਪੇजेस ਦਾ ਵੀ ਹੋ ਸਕਦਾ ਲੌਂਗ ਬੰਨ ਵੀ ਹੋ ਸਕਦਾ ਹੈ ਠੀਕ ਹੈ 10 ਪੇजेस ਆਰਟੀਕਲ 4 ਪੇजेस ਆਰਟੀਕਲ 6 ਪੇजेस ਆਰਟੀਕਲ 10 ਪੇजेस ਆਰਟੀਕਲ ਉਹਨਾਂ ਦੀ ਰਿਦਮ ਕੀ ਹੈ ਬੈਟਰ ਫਲੋ ਕਿੱਦਾਂ ਬਣ ਰਿਹਾ ਪੜਨ ਦਾ ਉਹ ਸਾਰੀਆਂ ਚੀਜ਼ਾਂ ਫੀਚਰ ਵੈਲ ਦੇ ਵਿੱਚ ਆਉਂਦੀਆਂ ਨੇ ਠੀਕ ਹੈ ਫਿਰ ਉਸ ਤੋਂ ਬਾਅਦ ਆਗਿਆ ਜੇ ਬੈਕ ਆਫ ਦਾ ਬੁੱਕ ਬੈਕ ਆਫ ਦਾ ਬੁੱਕ ਰਿਮੇਨਿੰਗ ਬੁੱਕ ਆਗਿਆ ਰਿਮੇਨਿੰਗ ਕੰਟੈਂਟ ਆਊਗਾ ਠੀਕ ਹੈ ਜੇ ਤੁਸੀਂ ਲੇਆਉਟ ਦੀ ਗੱਲ ਕਰੀਓ ਫਰੰਟ ਕਵਰ ਦੇ ਵਿੱਚ ਆ ਹੋਗਾ ਦੇਖੋ ਸਕੂਲ ਦਾ ਨਾਮ ਸਕੂਲ ਦਾ ਲੋਗੋ ਸੈਸ਼ਨ ਮੇਨ ਇਮੇਜ ਕਾਦੇ ਸਕੂਲ ਦੀ ਫੋਟੋ ਲਾ ਲਓ ਜਾ ਨੇਮ ਆਫ ਦਾ ਸਕੂਲ ਠੀਕ ਹੈ ਥੱਲੇ ਵੀ ਉਸਾ ਦੇ ਉੱਤੇ ਵੀ ਉਸਾ ਦੇ ਉੱਤੇ ਸਕੂਲ ਮੈਗਜ਼ੀਨ ਦਾ ਨਾਮ ਕਿ ਮੈਂ ਕੁਝ ਵੀ ਰੱਖ ਲੈਂਦੇ ਹਾਂ ਬੀਬੂ ਕਿ ਉਹ ਰੱਖ ਲੈ ਜਾ ਕੁਝ ਵੀ ਰੱਖ ਲੈ ਤੇ ਜੇ ਕੰਟੈਂਟ ਲਈ ਬਣਾਣਾ ਤਾਂ ਉੱਤੇ ਟਾਈਟਲ ਆਊਗਾ ਇੱਕ ਸਾਈਡ ਤੇ ਫੋਟੋ ਆ ਲੈਫਟ ਸਾਈਡ ਤੇ ਰਾਈਟ ਸਾਈਡ ਤੇ ਕੰਟੈਂਟ ਆ ਗਿਆ ਠੀਕ ਹੈ organization of school magazine ਦਾ ਕਵਰ ਪਹਿਲਾਂ ਤਾਂ ਕਿ ਕਿਦਾਂ ਤੁਸੀਂ ਵਧੀਆ ਮੈਗਜ਼ੀਨ ਬਣਾ ਸਕਦੇ ਹੋ ਤਾਂ ਕਵਰ ਹੈ ਜਿਹੜਾ ਪਹਿਲਾ ਉਹ colorful ਹੋਣਾ ਚਾਹੀਦਾ attractive ਹੋਣਾ ਚਾਹੀਦਾ selection of material ਕਿ ਤੁਸੀਂ ਬੈਸਟ ਆਰਟੀਕਲਸ ਬੈਸਟ ਪ੍ਰੋਪਰ ਅਰੇਂਜਡ ਬੈਲਰ ਇਨਸ ਆਰਟੀਕਲਸ ਲੱਕਿਆ ਉਹ ਸਟੂਡੈਂਟਸ ਨੂੰ ਹਰ ਕਲਾਸਿਸ ਨੂੰ ਇੱਕ ਕਹਿੰਦੇ opportunity ਮਿਲਣੀ ਚਾਹੀਦੀ ਹੈ ਕਿ ਪਹਿਲੀ ਗੱਲ ਤਾਂ ਵੀ ਉਹਨਾਂ ਸਾਰਿਆਂ ਨੂੰ ਇੱਕ ਇੱਕ ਕਾਪੀ ਮਿਲੇ ਮੈਗਜ਼ੀਨ ਦੀ ਦੂਸਰਾ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ ਲਿਖਣ ਦਾ ਕਿਸੇ ਵੀ ਲੈਂਗੁਏਜ ਦੇ ਵਿੱਚ ਆਏ ਉਹ ਪੰਜਾਬੀ ਹੋਵੇ ਚਾਹੇ ਹਿੰਦੀ ਚਾਹੇ ਇੰਗਲਿਸ਼ ਕਿਉਂਕਿ ਹਾਂ ਤਿੰਨ ਸੈਕਸ਼ਨ ਹੁੰਦੇ ਆਗੇ ਸਕੂਲ ਮੈਗਜ਼ੀਨ ਦੇ ਪੰਜਾਬੀ ਚ ਵੀ ਲਿਖੀ ਹੁੰਦੀ ਹੈ ਹਿੰਦੀ ਚ ਵੀ ਲਿਖੀ ਹੁੰਦੀ ਹੈ ਤੇ ਇੰਗਲਿਸ਼ ਚ ਵੀ ਲਿਖੀ ਹੁੰਦੀ ਹੈ ਠੀਕ ਹੈ ਆ ਕਾਪੀ ਆਫ ਮੈਗਜ਼ੀਨ ਸੈਂਟ ਟੂ ਅਦਰ ਸਕੂਲਸ ਔਰ ਬਰੀਜ਼ ਪ੍ਰੋਮਿਨੈਂਟ ਪਰਸਨਲਟੀਕ ਇੰਟਰਸਟਡ ਇਨ ਸਕੂਲ ਐਕਟੀਵਿਟੀਜ਼ ਤੇ ਉਹਨਾਂ ਲੋਕਾਂ ਤੱਕ ਵੀ ਐਕਟੀਵਿਟੀ ਸਕੂਲ ਮੈਗਜ਼ੀਨ ਪਹੁੰਚਾਉਣੇ ਜਿਹੜੇ ਤੁਹਾਡੇ ਸਕੂਲ ਦੇ ਐਕਟੀਵਿਟੀਜ਼ ਦੇ ਵਿੱਚ ਇੰਟਰਸਟ ਲੈਂਦੇ ਨੇ ਨੋਟਿਸ ਰਿਗਾਰਡਿੰਗ ਇਨਵਾਈਟਿੰਗ ਆਰਟੀਕਲ ਸ਼ੁੱਡ ਬੀ ਬਾਇਟਲੀ ਸਰਕੂਲੇਟਡ ਇਨ ਅਡਵਾਂਸ ਜੇ ਜਦੋਂ ਵੀ ਤੁਸੀਂ ਸਕੂਲ ਮੈਗਜ਼ੀਨ ਛਾਪਣੀ ਹੈ ਉਸ ਤੋਂ ਪਹਿਲਾਂ ਆਰਟੀਕਲਸ ਕਲੈਕਟ ਕਰੋਗੇ ਤਾਂ ਉਹਦਾ ਆਰਟੀਕਲਸ ਪਹਿਲਾਂ ਹੀ ਸਾਰੀਆਂ ਕਲਾਸਿਸ ਦੇ ਵਿੱਚ ਸਰਕੂਲੇਟ ਹੋ ਜਾਣਾ ਚਾਹੀਦਾ ਹੈ ਕਿ ਹਾਂ ਤੁਸੀਂ ਆਪਣੇ ਆਰਟੀਕਲਸ ਸਕੂਲ ਮੈਗਜ਼ੀਨ ਲਈ ਦੇ ਸਕਦੇ ਹੋ ਤਾਂ ਕਿ ਹਰ ਇੱਕ ਬੱਚੇ ਨੂੰ ਇਕੁਅਲ ਓਪਰਚ्युनिटी ਮਿਲੇ ਬਰਾਬਰ ਦਾ ਮੌਕਾ ਮਿਲੇ ਠੀਕ ਹੈ ਕੋਈ ਪਾਰਸ਼ੀਅਲਿਟੀ ਨਹੀਂ ਹੋਣੀ ਚਾਹੀਦੀ ਇਸੇ ਰਾਜੇ ਸਕੂਲ ਮੈਗਜ਼ੀਨ ਦਾ ਟੌਪਿਕ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਿਆ ਹੋਊਗਾ ਵੀਡੀਓ ਵਧੀਆ ਲੱਗੇ ਕਮੈਂਟ ਜ਼ਰੂਰ ਕਰਿ